ਕਰੋੜਾਂ ਰੁਪਏ ਦੇ ਨਾਮ ਰੱਖੇ, ਖਿਲਾੜੀਆਂ ਨੂੰ ਨੌਕਰੀਆਂ ਮਿਲੀਆਂ, ਕਬੱਡੀ ਨੂੰ ਮੇਰਾ ਨਿਸ਼ਾਨਾ ਸੀ ਕਿ ਏਸ਼ੀਅਨ ਗੇਮ ਦੇ ਵਿੱਚ, ਫਿਰ ਕਾਮਨਵੈਲਥ ਗੇਮ ਤੇ ਫਿਰ ਚੀਫ ਆਪਾਂ ਇਹਨੂੰ ਓਲੰਪਿਕਸ ਪਹੁੰਚਾਉਣਾ। ਪਰ ਜਦੋਂ ਸਰਕਾਰ ਚਲੀ ਗਈ, ਕਬੱਡੀ ਦਾ ਨਾਮ ਵੀ ਚਲਾ ਗਿਆ, ਸਰਕਾਰ ਤਰਫੋਂ ਕੋਈ ਵਰਲਡ ਕੱਪ ਨਹੀਂ ਕਰਾਇਆ ਗਿਆ। ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬ ਦੀ ਆਵਾਜ਼ ਹੈ, ਕੌਮ ਦੀ ਆਵਾਜ਼ ਹੈ, ਪੰਜਾਬੀਆਂ ਦੀ ਪਾਰਟੀ ਹੈ। ਤੁਸੀਂ ਜਾਣਦੇ ਹੋ ਪੰਜਾਬ ਵਿੱਚ ਉਦੋਂ ਹੀ ਤਰੱਕੀ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਪੰਜਾਬ 'ਚ ਰਹੀਆਂ। ਅੱਜ ਤੁਸੀਂ ਇਲਾਕੇ ਬਰੂੜ ਵਾਲੇ ਨੂੰ ਪਾਇਓ, ਆਹ ਮੁਹਾਲੀ, ਕੀਰਤਪੁਰ, ਸਾਰਿਆਂ ਦੀ ਡਿਵੈਲਪਮੈਂਟ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਹੀ ਹੋਈ ਹੈ। ਜਦੋਂ ਜਦੋਂ ਆਹ ਦਿੱਲੀ ਦੀਆਂ ਪਾਰਟੀਆਂ ਦਾ ਰਾਜ ਪੰਜਾਬ 'ਚ ਆਇਆ, ਉਸੇ ਦਿਨ ਤੋਂ ਕੰਮ ਰੁਕ ਗਿਆ। ਹੁਣ ਤਾਂ ਜਿਹੜੇ ਆਹ ਝਾੜੂ ਵਾਲੇ ਆਏ ਆ, ਇਹਨਾਂ ਨੇ ਬਿਲਕੁਲ ਬਰਬਾਦ ਕਰ ਦਿੱਤਾ। ਅੱਜ ਜੋ ਕੁਛ ਵੀ ਹੈ, ਭਾਵੇਂ ਆਹ ਸੜਕਾਂ, ਭਾਵੇਂ ਆ ਆਪਣੇ ਪੰਜਾਬ 'ਚ ਇੱਥੇ ਏਅਰਪੋਰਟ ਹੈ, ਭਾਵੇਂ ਥਰਮਲ ਪਲਾਂਟ ਹੈ, ਭਾਵੇਂ ਕਿਸਾਨ ਨੂੰ ਦਾਣਾ ਮੰਡੀਆਂ, ਟਿਊਬਲ ਕਨੈਕਸ਼ਨ ਹੈ, ਮੰਡੀਆਂ ਜਿਹੜੀ ਹੈਗੀਆਂ, ਸਭ ਕਿਸਮ ਦੀ ਗਰੀਬ ਨੂੰ ਸਹੂਲਤ ਤੇ ਕਿਸਾਨ ਨੂੰ ਸਹੂਲਤ ਦੇਣ ਵਾਲੀ ਤੁਹਾਡੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਤਾਂ ਇਸ ਕਰਕੇ ਮੈਂ ਆਹੀ ਬੇਨਤੀ ਕਰਨਾ ਚਾਹੁੰਦਾ, ਆਪਣੇ ਆਪਣੇ ਹੀ ਹੈ, ਆਪਾਂ 10 ਸਾਲ ਬਰਬਾਦ ਕਰਦੇ ਜੇ 10 ਸਾਲ ਤੁਹਾਡੀ ਆਪਣੀ ਪਾਰਟੀ ਕੋਲ ਹੁੰਦੇ, ਅੱਜ ਪੰਜਾਬ ਕਿਤੇ ਨੂੰ ਕਿਤੇ ਚਲ ਜਾਣਾ ਸੀ। ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ। ਤੁਸੀਂ ਸਾਰੇ ਹੀ ਕਬੱਡੀ ਟੂਰਨਾਮੈਂਟ ਦੇਖਣ ਆਏ ਹੋ, ਅਤੇ ਮੈਂ ਵੀ ਜਦੋਂ ਮੈਨੂੰ ਬੁਲਾਇਆ ਜਾਂਦਾ, ਮੈਂ ਕੋਸ਼ਿਸ਼ ਕਰਦਾ ਇੱਥੇ ਜ਼ਰੂਰ ਆਵਾਂ। ਮੈਂ ਤਾਂ ਲਗਾਤਾਰ ਤੁਹਾਡਾ ਹਰ ਸਾਲ ਇੱਥੇ ਟੂਰਨਾਮੈਂਟ ਕਰਾਇਆ ਜਾਂਦਾ, ਵੱਡੇ ਪੱਧਰ 'ਤੇ ਕਰਾਇਆ ਜਾਂਦਾ, ਅਤੇ ਕੱਲ੍ਹ ਮੈਨੂੰ ਟੈਲੀਫੋਨ ਆਇਆ, ਮੈਂ ਕਿਹਾ ਮੈਂ ਜ਼ਰੂਰ ਆਊਂਗਾ, ਅਤੇ ਮੈਂ ਬਾਦਲ ਪਿੰਡ ਤੋਂ, ਕਿਉਂਕਿ ਸਾਡੀ ਯਾਤਰਾ ਚਲੀ ਜਾਂਦੀ ਹੈ, ਉਦੋਂ ਮੈਂ ਸਪੈਸ਼ਲ ਇੱਥੇ ਆਇਆ, ਅਤੇ ਹੁਣ ਵਾਪਸ ਪਿੰਡ ਜਾਣਾ, ਕਿਉਂਕਿ ਕੱਲ੍ਹ ਤੋਂ ਯਾਤਰਾ ਉੱਧਰੇ ਪਾਸੇ ਹੈ। ਅਤੇ ਮੈਂ ਹੀਰ ਵਿਚਾਰੀ ਕਹਿਣਾ ਚਾਹੁੰਦਾ, ਪੰਜਾਬ ਨੂੰ ਬਚਾ ਲਈਏ, ਆਹ ਆਪਣਾ ਘਰ ਹੈ, ਜੇ ਪੰਜਾਬ ਤਕੜਾ ਹੋਊਗਾ ਤਾਂ ਹੀ ਆਪਾਂ ਤਕੜੇ ਹੋਵਾਂਗੇ। ਅਕਾਲੀ ਦਲ ਹੀ ਹੈ ਤੁਹਾਡੀ ਫੌਜ ਜਿਹਨੂੰ ਆਪਾਂ ਤਕੜਾ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੋੜਾਂ ਰੁਪਏ ਦੇ ਨਾਮ ਰੱਖੇ, ਖਿਲਾੜੀਆਂ ਨੂੰ ਨੌਕਰੀਆਂ ਮਿਲੀਆਂ, ਕਬੱਡੀ ਨੂੰ ਮੇਰਾ ਨਿਸ਼ਾਨਾ ਸੀ ਕਿ ਏਸ਼ੀਅਨ ਗੇਮ ਦੇ ਵਿੱਚ, ਫਿਰ ਕਾਮਨਵੈਲਥ ਗੇਮ ਤੇ ਫਿਰ ਚੀਫ ਆਪਾਂ ਇਹਨੂੰ ਓਲੰਪਿਕਸ ਪਹੁੰਚਾਉਣਾ। ਪਰ ਜਦੋਂ ਸਰਕਾਰ ਚਲੀ ਗਈ, ਕਬੱਡੀ ਦਾ ਨਾਮ ਵੀ ਚਲਾ ਗਿਆ, ਸਰਕਾਰ ਤਰਫੋਂ ਕੋਈ ਵਰਲਡ ਕੱਪ ਨਹੀਂ ਕਰਾਇਆ ਗਿਆ। ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬ ਦੀ ਆਵਾਜ਼ ਹੈ, ਕੌਮ ਦੀ ਆਵਾਜ਼ ਹੈ, ਪੰਜਾਬੀਆਂ ਦੀ ਪਾਰਟੀ ਹੈ। ਤੁਸੀਂ ਜਾਣਦੇ ਹੋ ਪੰਜਾਬ ਵਿੱਚ ਉਦੋਂ ਹੀ ਤਰੱਕੀ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਪੰਜਾਬ 'ਚ ਰਹੀਆਂ। ਅੱਜ ਤੁਸੀਂ ਇਲਾਕੇ ਬਰੂੜ ਵਾਲੇ ਨੂੰ ਪਾਇਓ, ਆਹ ਮੁਹਾਲੀ, ਕੀਰਤਪੁਰ, ਸਾਰਿਆਂ ਦੀ ਡਿਵੈਲਪਮੈਂਟ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਹੀ ਹੋਈ ਹੈ। ਜਦੋਂ ਜਦੋਂ ਆਹ ਦਿੱਲੀ ਦੀਆਂ ਪਾਰਟੀਆਂ ਦਾ ਰਾਜ ਪੰਜਾਬ 'ਚ ਆਇਆ, ਉਸੇ ਦਿਨ ਤੋਂ ਕੰਮ ਰੁਕ ਗਿਆ। ਹੁਣ ਤਾਂ ਜਿਹੜੇ ਆਹ ਝਾੜੂ ਵਾਲੇ ਆਏ ਆ, ਇਹਨਾਂ ਨੇ ਬਿਲਕੁਲ ਬਰਬਾਦ ਕਰ ਦਿੱਤਾ। ਅੱਜ ਜੋ ਕੁਛ ਵੀ ਹੈ,
ਤੋ ਇਸ ਕਰਕੇ ਮੈਂ ਆਹੀ ਬੇਨਤੀ ਕਰਨਾ ਚਾਹੁੰਦਾ ਆਪਣੇ ਆਪਣੇ ਹੀ ਹੈ ਆਪਾਂ 10 ਸਾਲ ਬਰਬਾਦ ਕਰਦੇ ਜੇ 10 ਸਾਲ ਤੁਹਾਡੀ ਆਪਣੀ ਪਾਰਟੀ ਵਾਲੇ ਹੁੰਦੇ ਅੱਜ ਪੰਜਾਬ ਕਿਤੇ ਰੋਕੇ ਦੇਖਿਆ ਜਾਣਾ ਸੀ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਤੁਸੀਂ ਸਾਰੇ ਹੀ ਕਬੱਡੀ ਟੂਰਨਾਮੈਂਟ ਦੇਖਣ ਆਏ ਹੋ ਅਤੇ ਮੈਂ ਵੀ ਜਦੋਂ ਮੈਨੂੰ ਬਣਾਇਆ ਜਾਂਦਾ ਮੈਂ ਕੋਸ਼ਿਸ਼ ਕਰਦਾ ਇੱਥੇ ਜ਼ਰੂਰ ਆਵਾਂ ਮੈਂ ਇੱਥੇ ਲਗਾਤਾਰ ਤੁਹਾਡਾ ਹਰ ਸਾਲ ਇੱਥੇ ਟੂਰਨਾਮੈਂਟ ਕਰਾਇਆ ਜਾਂਦਾ ਵੱਡੇ ਪੱਧਰ 'ਤੇ ਕਰਾਇਆ ਜਾਂਦਾ ਅਤੇ ਕੱਲ੍ਹ ਮੈਨੂੰ ਟੈਲੀਫੋਨ ਆਇਆ ਮੈਂ ਕਿਹਾ ਮੈਂ ਜ਼ਰੂਰ ਆਊਂਗਾ ਅਤੇ ਮੈਂ ਬਾਦਲ ਪਿੰਡ ਤੋਂ ਕਿਉਂਕਿ ਸਾਡੀ ਯਾਤਰਾ ਚਲੀ ਜਾਂਦੀ ਹੈ ਉਦੋਂ ਮੈਂ ਸਪੈਸ਼ਲ ਇੱਥੇ ਆਇਆ ਅਤੇ ਹੁਣ ਵਾਪਸ ਪਿੰਡ ਜਾਣਾ ਕਿਉਂਕਿ ਕੱਲ੍ਹ ਤੋਂ ਯਾਤਰਾ ਉੱਧਰਲੇ ਪਾਸੇ ਹੈ ਅਤੇ ਮੈਂ ਹੀਰ ਵਿਚਾਰੀ ਕਹਿਣਾ ਚਾਹੁੰਦਾ ਪੰਜਾਬ